ਖਬਰ ਲੈਂਦੇ ਹਾਂ ਡੇਲੋ ਤੋਂ ਜਿੱਥੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ 80ਵੀਂ ਬਰਸੀ ਕੱਲ ਤੋਂ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੇ ਭੋਗ 29 ਅਗਸਤ 2023 ਨੂੰ ਪਾਏ ਜਾਣਗੇ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਨਾਨਕਸਰ ਸਾਹਿਬ ਵਿਖੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਣਗੀਆਂ। ਇਹ ਪਵਿੱਤਰ ਅਸਥਾਨ ਜਗਰਾਓਂ ਤੋਂ ਮੋਗਾ ਵੱਲ ਲਗਭਗ 10 ਕਿਲੋਮੀਟਰ ਦੂਰੀ 'ਤੇ ਸਥਿਤ ਹੈ ਜਿੱਥੇ ਕਿ ਇਲਾਕੇ ਦੀ ਅਤੇ ਦੂਰੋਂ ਨੇੜਿਓ ਆਈਆਂ ਸੰਗਤਾਂ ਵੱਲੋਂ ਵੱਖ ਵੱਖ ਪ੍ਰਕਾਰ ਦੇ ਲੰਗਰ ਵੱਡੀ ਗਿਣਤੀ ਵਿੱਚ ਸ਼ੁਰੂ ਕਰ ਦਿੱਤੇ ਗਏ ਨੇ। ਸੰਗਤਾਂ ਦੇ ਅਨੁਮਾਨ ਅਨੁਸਾਰ ਇਸ ਵਾਰ 20 ਤੋਂ 25 ਲੱਖ ਦੇ ਕਰੀਬ ਸੰਗਤਾਂ ਦੇ ਨਾਨਕਸਰ ਸਾਹਿਬ ਪਹੁੰਚਣ ਦਾ ਅਨੁਮਾਨ ਹੈ ਜਿਸ ਬਾਰੇ ਠਾਠ ਦੇ ਮੁਖੀ ਬਾਬਾ ਕਾਲਾ ਹੀ ਨਹੀਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਗਤ ਦੇ ਖਾਣ ਪੀਣ ਅਤੇ ਠਹਿਰਨ ਦਾ ਪੂਰਾ ਪ੍ਰਬੰਧ ਨਾਨਕਸਰ ਠਾਠ ਅਤੇ ਇਲਾਕੇ ਦੇ ਸੇਵਾਦਾਰਾਂ ਵੱਲੋਂ ਪਹਿਲਾਂ ਹੀ ਮੁਕੰਮਲ ਕਰ ਦਿੱਤਾ ਗਿਆ। ਗੱਲਬਾਤ ਕਰਦੇ ਬਾਬਾ ਕਾਲਾ ਜੀ ਨੇ ਅੱਗੇ ਦੱਸਿਆ ਕਿ ਇਹ ਪਵਿੱਤਰ ਸਥਾਨ ਅਤੇ ਬਿਨਾਂ ਮਾਇਆ ਤੋਂ ਦੇ ਚੜਾਵੇ ਤੋਂ ਹੀ ਸਾਰੇ ਕਾਰਜ ਸੰਪੂਰਨ ਹੁੰਦੇ ਨੇ। ਸੰਗਤ ਅਤੇ ਸੇਵਾਦਾਰ ਆਪਣੇ ਆਪ ਹੀ ਸਾਰੇ ਪ੍ਰਬੰਧ ਕਰਦੇ ਨੇ। ਸੈਂਕੜੇ ਦੀ ਗਿਣਤੀ ਵਿੱਚ ਪਾਠੀ ਸਿੰਘ ਬਿਨਾਂ ਮਾਇਆ ਦੀ ਭੇਂਟਾਂ ਲਿਆ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੰਪੂਰਨ ਕਰਦੇ ਨੇ ਅਤੇ ਪਾਠੀ ਸਿੰਘਾਂ ਨੂੰ ਸਿਰਫ ਵਸਤਰਾਂ ਦੀ ਭੇਂਟ ਦਿੱਤੀ ਜਾਂਦੀ ਹੈ। ਉੱਥੇ ਹੀ ਬਾਬਾ ਕਾਲਾ ਨੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਲਈ ਉਪਦੇਸ਼ ਜਾਰੀ ਕੀਤਾ। ਸੁਣੋ ਬਾਬਾ ਜੀ ਦੀ ਜਵਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਜੋ ਕਿ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ 80ਵੀਂ ਬਰਸੀ ਆ ਬਾਬਾ ਜੀ ਦੀ। ਬਹੁਤ ਦੂਰ ਦੁਲਾਡੇ ਤੋਂ ਦੁਨੀਆ ਆ ਰਹੀ ਹੈ। ਇਹ ਜੋ ਕਿ ਗੁਰੂ ਘਰ ਹੈ ਜਗਰਾਓਂ ਤੋਂ 10 ਕਿਲੋਮੀਟਰ ਦੂਰੀ 'ਤੇ, ਇਹ ਰੋਡ ਮੇਨ ਰੋਡ 'ਚ ਲਿਆਂਦਾ ਮੋਗੇ ਦੇ ਮੇਨ ਰੋਡ 'ਤੇ ਆ। ਆਪਾਂ ਨੂੰ ਸਭ ਨੂੰ ਹੀ ਬੜੀ ਅੱਛੀ ਤਰ੍ਹਾਂ ਨਾਲ ਪਤਾ ਵੀ ਪੰਜਾਬ 'ਚ ਨਹੀਂ, ਇੰਡੀਆ 'ਚ ਨਹੀਂ, ਪੂਰੇ ਵਰਲਡ ਦੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਮਹਿਮਾ ਹੋ ਰਹੀ ਆ। ਅੱਜ 80ਵੀਂ ਬਰਸੀ ਆ ਉਸ ਸਥਾਨ 'ਤੇ, ਅੱਜ ਬਾਬਾ ਕਾਲਾ ਜੀ ਸਥਾਨ 'ਤੇ ਬੈਠੇ ਨੇ, ਉਹਨਾਂ ਦੇ ਨਾਲ ਤੁਹਾਡੀ ਅੱਜ ਗੱਲਬਾਤ ਕਰਾਉਂਦੇ ਹਾਂ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੱਚ ਸਹੁ ਹਮਾਰਾ ਤੂੰ ਧਨੀ, ਸਭ ਜਗਤ ਬਨਜਾਰਾ ਰਾਮ ਰਾਜੇ, ਸਭ ਭਾਂਡੇ ਤੁਹਦਾ ਸਾਜਿਆ, ਵਿੱਚ ਬਸ ਹਰ ਥਾਰਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਕਾਹਦੇ ਧਨੀ ਸੀ? ਉਹ ਸਾਰੇ ਸੰਸਾਰ ਦੇ ਮਾਲਕ ਸੀ, ਨਿਰੰਕਾਰ ਸੀ। ਉਹਨਾਂ ਦੀ ਸੇਵਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੀ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਹਾਜ਼ਰ ਨਾਜ਼ਰ ਦਰਸ਼ਨ ਕੀਤੇ ਹੈ, ਉਹਨਾਂ ਤੋਂ ਕਿਰਪਾ ਲਈ ਹੈ। ਅਤੇ ਬਾਬਾ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਨੇ ਲਿਖੀ ਜੀ ਕੁਛ ਮੰਗ ਲਓ, ਤੀਜਾ ਬਚਨ ਹੈ। ਤਾਂ ਬਾਬਾ ਜੀ ਨੇ ਕਿਹਾ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ, ਗਰੀਬ ਨਵਾਜ਼ ਜੇ ਤੁੱਠੇ ਹੋ ਤਾਂ ਮੈਨੂੰ ਆਪਣਾ ਬਣਾ ਲਓ। ਅਤੇ ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇਹ ਨਾਨਕਸਰ ਨਾਂ ਰੱਖਿਆ ਗੁਰਦੁਆਰੇ ਦਾ, ਆਪਣੇ ਨਾਂ ਕੁਛ ਨਹੀਂ ਲਵਾਇਆ। ਅਤੇ ਉਹਨਾਂ ਦਾ ਇੱਕ ਤਿਆਗ, ਇੱਕ ਜੀਵਨ, ਇਹ ਸਭ ਤੋਂ ਵੱਡੀ ਦਾਤ ਸੀ। ਅੱਜ ਬਾਬਾ ਜੀ ਦੀ ਤਪੱਸਿਆ ਨੂੰ ਲੱਖਾਂ ਦੁਨੀਆ ਇੱਥੇ ਆ ਰਹੀਆਂ, 20-25 ਲੱਖ ਦਾ ਇਕੱਠ ਹੋਣਾ ਹੈ, ਕਿੰਨੇ ਪਾਠ ਹੋ ਰਹੇ ਹੈ। ਇਹ ਸਾਰੀ ਨਿਰਸਤ ਸੇਵਾ ਹੁੰਦੀ ਹੈ, ਜਿੰਨੇ ਪਾਠੀ ਸਿੰਘ ਹੈ ਕਿਸੇ ਨੂੰ ਪੈਸਾ ਨਹੀਂ ਦਿੱਤਾ ਜਾਂਦਾ, ਸਾਰਿਆਂ ਨੂੰ ਇੱਕ ਵਰਦੀ ਦਿੱਤੀ ਜਾਂਦੀ ਹੈ। ਉਹ ਸ਼ਰਧਾ ਭਾਵਨਾ ਨਾਲ 5 ਦਿਨ ਇਹ ਪ੍ਰੋਗਰਾਮ ਚਲਾਉਂਦੇ ਹੈ। ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਪਹਿਲੀ ਲੜੀ ਦੇ 145 ਹੋਏ, ਹੁਣ ਅੱਜ ਜਿਹੜੇ ਪਾਠ ਪ੍ਰਗਾਸ ਹੋਏ ਹੈ 177 ਹੋਏ ਹੈ। ਅਤੇ ਇਸ ਲਈ ਭਾਈ ਇਹ ਸਾਰੀ ਸਰਬੱਤ ਦੇ ਭਲੇ ਦੀ ਇੱਥੇ ਅਰਦਾਸ ਹੋਣੀ ਹੈ। ਪਤਾ ਹੀ ਨਹੀਂ ਕਿੰਨੇ ਲੰਗਰ ਲੱਗੇ ਹੋਏ ਹੈ, ਕਿੰਨੀ ਦੁਨੀਆ ਆ ਰਹੀ ਹੈ। ਬਾਬਾ ਜੀ ਦਾ ਬਚਨ ਸੀ, ਬ੍ਰਹਿਮ ਬਿੰਦਾ ਹੈ, ਇਸ ਦਾ ਬ੍ਰਹਿਮ ਮਾਤਰ ਹੈ, ਏਕ ਸ਼ਬਦ ਲਿਵ ਲਾਏ, ਨਾਮ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੇ ਸਦਾ ਵਸਾਏ। ਬਾਬਾ ਜੀ ਨੇ ਗੁਰੂ ਨਾਨਕ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਇਆ, ਅੱਜ ਰਿੱਧੀਆਂ ਸਿੱਧੀਆਂ ਗੁਰੂ ਨਾਨਕ ਸਰ ਦੇ ਵਿੱਚ ਆ ਰਹੀਆਂ, ਬੇਅੰਤ ਲੰਗਰ ਪਾਣੀ ਆ ਰਹੇ ਹੈ, ਸੰਗਤਾਂ ਆ ਰਹੀਆਂ, ਇੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਲੱਖਾਂ ਦੁਨੀਆ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਛਕਾਇਆ। ਇਹ ਬਰਸੀ ਦੀ ਸ਼ੁਰੂਆਤ
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਕੀਤੀ ਹੋਈ ਹੈ ਅਤੇ ਇਸੇ ਲਈ ਭਾਈ ਉਹਨਾਂ ਦੀ ਕਿਰਪਾ ਚੱਲ ਰਹੀ ਹੈ। ਅਸੀਂ ਇੰਨਾ ਕਹਿ ਕੇ ਫਤਿਹ ਬੁਲਾਉਂਦੇ ਹਾਂ। ਜਿੰਨੀਆਂ ਵੀ ਸੰਗਤਾਂ ਬਾਹਰ ਦੇਸਾਂ ਵਿਦੇਸਾਂ ਵਿੱਚ ਜਾਂ ਸਾਡੇ ਪੰਜਾਬ ਵਿੱਚ ਆ ਰਹੀਆਂ ਅੱਜ ਦੇ ਪ੍ਰੋਗਰਾਮ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ 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 ਵਾਰ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਹਾਂ ਵੀ ਬੇਟਾ, ਤੁਸੀਂ ਇੱਕ ਦੱਸੋ ਵੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ? ਅਸੀਂ ਜੀ ਰਾਣਾ ਸਾਹਿਬ ਤੋਂ ਆਏ ਹਾਂ ਅਤੇ ਅਸੀਂ ਪਹਿਲੀ ਵਾਰ ਆਏ ਹਾਂ ਨਾਨਕਸਰ, ਜੋ ਕਿ ਬਾਬਾ ਜੀ ਦੀ ਬਾਰਸੀ ਕਰਕੇ, ਅਤੇ ਰਾਣਾ ਸਾਹਿਬ ਜੀ ਦੀ ਬਾਬਾ ਜੀ ਦੀ ਬਾਰਸੀ ਕੱਲ੍ਹ ਹੀ ਮੁੱਕੀ ਸੀਗੀ, ਅਸੀਂ ਤਾਂ ਕਰਕੇ ਅੱਜ ਆਏ ਸੀ ਅਤੇ ਸਾਨੂੰ ਇੱਥੇ ਬਹੁਤ ਵਧੀਆ ਲੱਗਿਆ ਅਤੇ ਲੋਕ ਸਾਰੇ ਕਹਿੰਦੇ ਵੀ ਲੋਕ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ, ਉਹ ਗੱਲ ਸੱਚੀ ਆ ਅਤੇ ਅਸੀਂ ਸੋਚਿਆ ਵੀ ਅੱਜ ਤੋਂ ਬਾਅਦ ਅਸੀਂ ਹਮੇਸ਼ਾ ਆਇਆ ਕਰਾਂਗੇ ਅਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਜਿਨ੍ਹਾਂ ਦੀ ਸਾਡੇ 'ਤੇ ਕਿਰਪਾ ਹੋਈ ਆ। ਰੱਬ ਕਰੇ ਸਾਰਿਆਂ ਦਾ ਜੋ ਵੀ ਉਹ ਕੁਛ ਚਾਹੁੰਦੇ ਨੇ ਸਭ ਸੰਪੂਰਨ ਹੋਵੇ ਅਤੇ ਲੋਕ ਇੱਥੇ ਆਉਣ ਅਤੇ ਬਾਬਾ ਜੀ ਦੀ ਬਰਸੀ ਮਨਾਉਣ। ਇੱਥੇ ਤੁਹਾਨੂੰ ਕਿੰਨਾ ਕੁ ਜੋ ਵੀ ਇੱਥੇ ਸੰਗਤ ਆਈ ਆ ਇਕੱਠ ਆ ਦੇਖ ਕੇ ਕਿੰਨਾ ਕੁ ਮਹਿਸੂਸ ਹੋ ਰਿਹਾ ਵੀ ਇੱਕ ਇਹੋ ਜਿਹੇ ਵੀ ਕੁਛ ਲੋਕ ਇੱਦਾਂ ਦੇ ਨੇ ਜਿਹੜੇ ਮੈਂ 2% ਕਹਿ ਸਕਦਾ, ਜ਼ਿਆਦਾ ਨਹੀਂ, 2-3% ਕਹਿ ਸਕਦਾ, ਬਾਈ ਦੂਜੀ ਜ਼ਿਆਦਾ ਨਹੀਂ ਗੇ, ਜਿਹੜੇ ਨਾਨਕ ਸਰਕ ਨੇ ਉਂਗਲਾਂ ਚੱਕਦੇ ਸੀਗੇ, ਉਹ ਮੈਂ ਅੱਜ ਮਾਧਿਅਮ ਰਾਹੀਂ ਆਪਦੇ A1 ਚੈਨਲ ਦੇ ਰਾਹੀਂ ਅਸੀਂ ਇਸ ਚੀਜ਼ ਨਾਲ ਦਾਅਵੇ ਨਾਲ ਕਹਿ ਸਕਦੇ ਹਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਕਮਾਈ ਦੇਖੋ ਆ ਕੇ। ਉਹ ਬੰਦੇ ਆ ਕੇ ਕਮਾਈ ਦੇਖ ਸਕਦੇ ਨੇ, ਬਾਬਾ ਆਨੰਦ ਸਿੰਘ ਦੀ ਕਮਾਈ ਆ ਕੇ ਆਪਦੇ ਅੱਖਾਂ ਦੇ ਨਾਲ ਦੇਖ ਲੈਣ। ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਉਂਗਲਾਂ ਚੱਕਣ ਤੋਂ ਪਹਿਲਾਂ ਆਪਦੀ ਪਹਿਲਾਂ ਬਾਬਾ ਜੀ ਦੀ ਕਮਾਈ ਦੇਖਣ। ਹਾਂ ਪੁੱਤ, ਤੁਸੀਂ ਕੀ ਫਿਕਰ ਮਹਿਸੂਸ ਕਰਦੇ ਇੰਨਾ ਇਕੱਠ ਦੇਖ ਕੇ, ਜੂਮ ਦੇਖ ਕੇ? ਅਸੀਂ ਮੈਂ ਪਹਿਲੀ ਵਾਰ ਇੰਨਾ ਜ਼ਿਆਦਾ ਇਕੱਠ ਦੇਖਿਆ ਅਤੇ ਮੈਂ ਸੱਚੀ ਕਹਿ ਰਹੀ ਹਾਂ ਵੀ ਇਹ ਬਾਬਾ ਜੀ ਦੀ ਕਿਰਪਾ ਹੀ ਆ ਜਿਹਦੇ ਕਰਕੇ ਲੋਕ ਇੰਨਾ ਮੰਨਦੇ ਨੇਗੇ, ਅਤੇ ਇਹ ਇਕੱਠ ਵੈਸੇ ਹੀ ਬਹੁਤ ਜੈਨੂਇਨ ਆ ਕਿਉਂਕਿ ਲੋਕ ਮੰਨਦੇ ਹੀ ਇੰਨਾ। ਹਜੇ ਤਾਂ ਪੁੱਤ ਅੱਜ ਸ਼ੁਰੂ, ਅੱਜ ਤਾਂ ਸ਼ੁਰੂ ਹੋਇਆ, ਅੱਜ ਤਾਂ ਕੱਲ੍ਹ ਨੂੰ ਆ ਪਰਸੋਂ ਨੂੰ ਭੋਗ ਪੈਣੇ ਨੇ ਅਜੇ ਤਾਂ। ਡੇਲੋ ਤੋਂ ਮੋਨੀ ਖੇਲਾ ਦੀ ਰਿਪੋਰਟ।